ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਕਣਕ ਦੀ ਕਟਾਈ ਚੱਲ ਰਹੀ ਆ ਕਿਸਾਨ ਵੀਰੋ ਪੂਰੇ ਜੋਰਾਂ ਤੇ। ਤੇ ਆਪਾਂ 2-3 ਨੁਕਤੇ ਸਾਂਝੇ ਕਰਾਂਗੇ। ਕਾਰਨ ਕੀ ਆ ਕਈ ਥਾਵਾਂ ਤੇ ਝਾੜ ਵਧਿਆ ਆ ਰਿਹਾ, ਕਈ ਥਾਵਾਂ ਤੇ ਝਾੜ ਕਾਫੀ ਡਾਊਨ ਐ। ਠੀਕ ਐ ਟੈਂਪਰੇਚਰ ਤਾਪਮਾਨ ਦਾ ਅਸਰ ਤਾਂ ਹੈਗਾ ਹੀ ਹੈਗਾ। ਉਹ ਤੋਂ ਬਿਨਾ ਜਿਹੜੇ ਕੀ ਕਾਰਨ ਰਏ ਜਿਨ੍ਹਾਂ ਨੂੰ ਆਪਾਂ ਮੈਨੇਜ ਕਰ ਸਕਦੇ ਹਾਂ ਕਿਉਂਕਿ ਤਾਪਮਾਨ ਤਾਂ ਹਰ ਸਾਲ ਹੀ ਵਧਣਾ ਹੈ ਕਿਸਾਨ ਵੀਰੋ ਮੌਸਮ ਦੇ ਵਿੱਚ ਚੇਂਜ ਆ ਰਹੀ ਹੈ ਜਿਵੇਂ ਮੀਂਹ ਪੈ ਰੇ ਉਸ ਤਰ੍ਹਾਂ ਕਣਕ ਦੇ ਵਿੱਚ ਜਿਵੇਂ ਮੀਂਹ ਪਏ ਉਸ ਤਰ੍ਹਾਂ ਜਿਹੜੇ ਮੀਂਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦੇ ਆ ਆਪਣਾ ਕੀ ਜਿਹੜਾ ਰੋਲ ਹੋ ਸਕਦਾ ਆਪਾਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਕਣਕ ਦੀ ਫਸਲ ਵਾਸਤੇ ਖਿਚਾੜ ਇਹਦਾ ਠੀਕ ਰਹੇ ਕਿਉਂਕਿ ਉਹੀ ਉਹ ਵੀ ਕਿਸਾਨ ਇੱਥੇ ਨੇ ਜਿਨ੍ਹਾਂ ਦਾ ਝਾੜ ਬਹੁਤ ਵਧੀਆ ਆ ਰਿਹਾ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਆ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਦਾ ਬਟਨ ਦਬਾ ਸਕਦੇ ਤਾਂ ਕਿ ਹਰ ਨਵੀਂ ਕਿਉਂਕਿ ਤਾਪਮਾਨ ਤਾਂ ਇੱਕ ਡੋਮੀਨੈਂਟ ਫੈਕਟਰ ਹੈਗਾ ਹੀ ਹੈਗਾ ਮੇਨ ਜਿਹੜਾ ਹੈਗਾ ਟੈਂਪਰੇਚਰ ਆ ਜਿਹੜਾ ਪਕਾ ਦੇ ਸਮੇ ਉੱਚ ਜਾਣਾ ਉਹਦੇ ਨਾਲ ਦਾਣਾ ਪਚਕ ਸਕਦਾ ਦਾਣਾ ਜਿਹੜਾ ਮਾਜੂ ਪੈ ਸਕਦਾ ਇਸ ਵਾਰ ਤਾਪਮਾਨ ਵੀ ਪਿਛਲੇ ਸਾਰੇ ਸਾਲਾਂ ਤੋਂ ਵਧ ਰਿਹਾ ਕਿਉਂਕਿ ਹਰ ਸਾਲ ਜਿਹੜਾ ਤਾਪਮਾਨ 2-3 ਡਿਗਰੀ ਜਿਹੜਾ ਉਸ ਤਾਪਮਾਨ ਉਹ ਵਧ ਜਾਂਦਾ ਤੇ ਅਗਲੇ ਸਾਲਾਂ 'ਚ ਵੀ ਇਸ ਤਰ੍ਹਾਂ ਹੀ ਆ ਕਿਉਂਕਿ ਗਲੋਬਲ ਵਾਰਮਿੰਗ ਆ ਮੌਸਮ ਦੇ ਵਿੱਚ ਚੇਂਜ ਆ ਰਹੀ ਆ ਤਾਂ ਇਹਦੇ ਕਾਰਨ ਜਿਹੜਾ ਹੈਗਾ ਤਾਪਮਾਨ ਤਾਂ ਵਧ ਨਹੀਂ ਵਧਣਾ ਹੈ ਦੂਸਰਾ ਹੈ ਜਿਹੜਾ ਮੀਂਹ ਹੈ ਮੀ ਵੀ ਜਿਹੜੇ ਰੁਕ ਰੁਕ ਕੇ ਪੈਂਦੇ ਰਹੇ ਆ ਇਸ ਵਾਰ ਸੋ ਉਹਨਾਂ ਦਾ ਪ੍ਰਭਾਵ ਵੀ ਰਹਿਣਾ ਉਹਦੇ ਵਿੱਚ ਪਹਿਲਾ ਫੈਕਟਰ ਕੀ ਆ ਕਿ ਨਦੀਨਾਂ ਦਾ ਕਾਬੂ ਗੁੱਲੀ ਡੰਡਾ ਖਾਸ ਤੌਰ ਤੇ ਜਾਂ ਜੰਗਲੀ ਪਾਲ ਕੰਡਿਆਲੀ ਪਾਲਕ ਤਾਂ ਜਿਹੜਾ ਗੁੱਲੀ ਡੰਡਾ ਪਹਿਲਾਂ ਆਪਾਂ ਫ੍ਰੀ ਮਰਜੈਂਸ ਜਿਹੜਾ ਕੰਟਰੋਲ ਕਰ ਸਕਦੇ ਹਾਂ ਬਹੁਤ ਸਾਰੇ ਕਿਸਾਨ ਵੀਰਾਂ ਨੇ ਜਿਹੜੀਆਂ ਸਪਰੇਇਆਂ ਕੀਤੀਆਂ ਕਈ ਕਿਸਾਨ ਵੀਰਾਂ ਨੇ ਦਾਅ ਵੀ ਸਵਾਲ ਸੀ ਕਿ ਸਾਡੇ ਰਿਜ਼ਲਟ ਨਹੀਂ ਆਏ ਉਹਦੇ ਵਿੱਚ ਆਪਣਾ ਕਈ ਵਾਰੀ ਕੋਈ ਕਿਸੇ ਪੁਆਇੰਟ ਦਾ ਜਿਹੜਾ ਹੈਗਾ ਕੋਈ ਲਕੂਲਾ ਰਹਿ ਜਾਂਦਾ ਜਾਂ ਕੱਟ ਵਾਲੀ ਨੋਜ਼ਲ ਨਹੀਂ ਵਰਤਣੀ ਜਾਂ ਜਿਹੜਾ ਹੈਗਾ ਆਪਣਾ ਪੂਰਾ ਥਾਂ ਨਹੀਂ ਕਵਰ ਹੋਇਆ ਮੰਨ ਲਓ ਜੇ ਆਪਾਂ ਸਿੱਧੀ ਸਪਰੇਅ ਕਰਦੇ ਆ ਤਾਂ ਪੈੜਾਂ ਵਾਲੇ ਥਾਂ ਤੇ ਵੀ ਜਿਹੜੇ ਨਦੀਨ ਉਗਰੇ ਆਉਂਦੇ ਬੈਕ ਮੋੜ ਦੇ ਵਾਪਸ ਮੋੜਦੇ ਹੋਏ ਆਪਾਂ ਸਪਰੇਅ ਕਰਨੀ ਹੁੰਦੀ ਕੱਟ ਵਾਲੀ ਨੋਜ਼ਲ ਨਾਲ 200 ਲੀਟਰ ਪਾਣੀ ਲਾਉਣਾ ਹੁੰਦਾ 2 ਦਿਨ ਦੇ ਅੰਦਰ ਅੰਦਰ ਕਰਨੀ ਹੁੰਦੀ ਹੈਗੀ ਹੈ ਤਾਂ ਗੁੱਲੀ ਡੰਡੇ ਵਾਲੀ ਬਾਅਦ ਚੋਂ ਜਿਹੜਾ ਹੈਗਾ 35-40 ਦਿਨ ਤੱਕ ਜਦੋਂ ਫਸਲ ਸੀਗੀ ਉਦੋਂ ਤੱਕ ਤਾਂ ਮੌਸਮ ਠੀਕ ਸੀ ਉਸ ਤੋਂ ਬਾਅਦ ਜਿਹੜੇ ਮੀਂਹ ਪੈਣੇ ਸ਼ੁਰੂ ਹੋ ਗਏ ਕਿਉਂਕਿ ਆਪਾਂ ਆਮ ਤੌਰ ਤੇ ਕਈ ਵਾਰ ਕਹਿ ਦਿੰਦੇ ਆ ਕਿ ਜਾਂ ਇਹ ਕਿਸਾਨ ਵੀਰਾਂ ਨੂੰ ਕਈ ਵਾਰ ਕਿਦੋਂ ਜਿਹੜੀ ਨਦੀਨ ਆਸ਼ਕ ਲੈਣ ਜਾਂਦੇ ਉਹਨਾਂ ਵੱਲੋਂ ਹੀ ਸਲਾਹ ਦਿੱਤੀ ਜਾਂਦੀ ਕਿ ਜਿਹੜੇ ਗੁੱਲੀ ਦਾਣਾ ਥੋੜਾ ਵੱਡਾ ਹੋ ਲੈਣ ਦਿਓ ਹੋਰ ਜਮ ਲੈਣ ਦਿਓ ਤਾਂ ਉਹਦੇ ਕਰਕੇ ਜਿਹੜਾ ਗੁੱਲੀ ਡੰਡੇ ਵਾਲੀ ਸਪਰੇ ਜਿਹੜੀ ਲੇਟ ਹੋ ਗਈ ਉਹ ਤੋਂ ਬਾਅਦ ਮੀ ਵੀ ਪਾਣੇ ਸ਼ੁਰੂ ਹੋ ਗਏ ਜਿਵੇਂ ਆਪਾਂ ਸਪਰੇ ਕਰਦੇ ਸੀ ਨਾਲ ਹੀ ਮੀ ਪਾਇਆ ਜਾਂਦਾ ਸੀ ਗੁੱਲੀ ਡੰਡਾ ਜਿਹੜੇ ਖੇਤਾਂ ਦੇ ਵਿੱਚ ਘੱਟ ਮਰਿਆ ਜਾਂ ਜ਼ਿਆਦਾ ਹੋਇਆ ਤਾਂ ਉਹਦੇ ਵਿੱਚ ਖਰਾਕ ਵੀ ਉਹ ਬਰਾਬਰ ਕਣਕ ਦੀ ਫਸਲ ਦੇ ਲੈਂਦਾ ਤਾਂ ਇਹਦੇ ਕਰਕੇ ਉੱਥੇ ਵੀ ਜਿਹੜਾ ਝਾੜ ਦਾ ਕਾਫੀ ਫਰਕ ਜਿਹੜਾ ਪੈ ਸਕਦਾ ਇਸ ਕਰਕੇ 30 35 ਦਿਨ ਤੇ ਜਾਂ 40 ਦਿਨ ਤੇ ਹੱਦ ਜਿਹੜੀ ਗੁੱਲੀ ਡੰਡੇ ਵਾਲੀ ਸਪਰੇ ਨਦੀਨ ਆਸ਼ਕ ਆਪਾਂ ਕਰਨੀ ਉਹ ਕਰ ਦੇਣੀ ਚਾਹੀਦੀ ਜੇ ਆਪਾਂ ਲੇਟ ਕਰਦੇ ਆ ਉਹਦੇ ਨਾਲ ਕਣਕ ਦੇ ਉੱਤੇ ਵੀ ਸਟ्रेस ਪੈਂਦੀ ਆ ਪਲੱਸ ਜਿਹੜਾ ਦਾ ਤਾਂ ਇਸ ਵਾਰ ਜਿਹੜਾ ਬੀ ਬਣਿਆ ਉਹ ਅਗਲੇ ਸਾਲ ਉਸ ਤੋਂ ਵੀ ਵੱਧ ਪ੍ਰੋਬਲਮ ਜਿਹੜੀ ਇਹ ਕ੍ਰੀਏਟ ਕਰੂ ਕਿਉਂਕਿ ਆਪਾਂ ਕਿਹਾ ਸੀ ਕਿ ਜਦੋਂ ਕਣਕ ਜਿਹੜੀ ਹੈਗੀ ਸਿੱਟੇ ਦੇ ਨਿਕਲਿਆ ਗੁੱਲੀ ਡੰਡੇ ਦੇ ਵੀ ਕੋਸ਼ਿਸ਼ ਕਰੋ ਕਿ ਉਹਨੂੰ ਖੇਤ ਦੇ ਵਿੱਚ ਆਪਾਂ ਪੱਕਣ ਤੋਂ ਪਹਿਲਾਂ ਪਹਿਲਾਂ ਬਾਹਰ ਕੱਢ ਦੀਏ ਪਰ ਉਹ ਵੀ ਔਖਾ ਕੰਮ ਆ ਪਰ ਜਿੰਨਾ ਕਾ ਪਰ ਰਿਮੂਵ ਕਰ ਸਕਦੇ ਜਿੰਨਾ ਵੀ ਘਟਾ ਸਕਦੇ ਉਨਾਂ ਵਧੀਆ ਰਹਿੰਦਾ ਅੱਗੇ ਆ ਗਿਆ ਯੂਰੀਆ ਦਾ ਜਿਹੜੀ ਖਰਾਕ ਆਪਣੀ ਯੂਰੀਆ ਦੀ ਆਪਾਂ ਖਤਮ ਕਰਨੀ ਹੁੰਦੀ ਹੈ ਉਹ 50 52 ਦਿਨ ਤੇ ਹੱਦ ਜਿਹੜੀ ਹੈਗੀ ਆ ਖਤਮ ਕਰ ਦੇਣੀ ਹੁੰਦੀ ਆ ਲਾਸਟ ਡੋਸ ਯੂਰੀਆ ਦੀ 55 ਦਿਨ ਤੇ ਤਾਂ ਬਹੁਤ ਸਾਰੇ ਕਿਸਾਨ ਵੀਰਾਂ ਨੇ ਜਿਹੜੇ ਯੂਰੀਆ ਇੱਕ ਤਾਂ ਓਵਰਡੋ ਜਿਆਦਾ ਯੂਰੀਆ ਕਈ ਵਾਰ ਪੈ ਜਾਂਦੀ ਹੈ ਆਪਣੇ ਤੋਂ ਕਿਉਂਕਿ ਜਿਹੜੀ ਜ਼ਮੀਨ ਦੇ ਵਿੱਚ ਉਨੀ ਤਾਕਤ ਨਹੀਂ ਹੈ ਆਪਾਂ ਜਿਹੜੀ ਰਹਿਣ ਗੁੰਦ ਕਈ ਵਾਰ ਵਿੱਚ ਨਹੀਂ ਆਉਂਦੇ ਜਾਂ ਹਰੀਆਂ ਖਾਦਾਂ ਨਹੀਂ ਕਰਦੇ ਜਾਂ ਰੂੜੀ ਦੀ ਖਾਦ ਆਪਣੇ ਤੋਂ ਪੂਰੀ ਨਹੀਂ ਪਉਂਦੀ ਹੈ ਪੈਂਦੀ ਹੈ ਇਸ ਕਰਕੇ ਯੂਰੀਆ ਵੱਧ ਪਾਉਣੀ ਪੈਂਦੀ ਜਾਂ ਲੇਟ ਪੈ ਜਾਂਦੀ ਹੈ ਜੀ ਇਹਨੂੰ ਯੂਰੀਆ ਜਿਹੜੀ ਫਸਲ ਨੂੰ ਜਿਆਦਾ ਪੈਂਦੀ ਹੈ ਜਾਂ ਲੇਟ ਤੱਕ ਆਪਾਂ ਪਾਉਂਦੇ ਆ ਕਣਕ ਦੀ ਫਸਲ ਦੇ ਵਿੱਚ ਤਾਂ ਉਹ ਜਿਹੜੀ ਹੈਗੀ 5-7 ਦਿਨ 10 ਦਿਨ ਪੱਕਣ ਦੇ ਵਿੱਚ ਵੀ ਵੱਧ ਲੈ ਸਕਦੀ ਆ ਤਾਂ ਉੱਚ ਤਾਪ ਮੰਨ ਦੀ ਬਿਮਾਰ ਉਹ ਤੇ ਜਿਹੜੀ ਨਾਰਮਲ ਯੂ ਪਈਆ ਉਹ ਤੋਂ ਜ਼ਿਆਦਾ ਪਈਆ ਇਹ ਵੀ ਜਿਹੜਾ ਇੱਕ ਕਾਰਨ ਹੋ ਸਕਦਾ ਝਾੜ ਦੇ ਨੁਕਸਾਨ ਦਾ ਅੱਗੇ ਆ ਗਿਆ ਜਿਹੜੀਆਂ ਤੱਤਾਂ ਵਾਲੀਆਂ ਸਪ੍ਰੇਆਂ ਜਿਹੜੀਆਂ ਜ਼ਿੰਕ ਮੈਗਨੀਜ਼ੀਆ ਕਲੀ ਦਾ ਪਾਣੀ ਯੂਰੀਆ ਜਿਹੜੇ ਕਿਸਾਨ ਵੀਰਾਂ ਨੇ 2 ਤੋਂ 3 ਸਪ੍ਰੇਆਂ ਕੀਤੀਆਂ ਉਹਨਾਂ ਦਾ ਲਾਜ਼ਮੀ ਇਫੈਕਟ ਹੋਊਗਾ ਇਹ ਮਤਲਬ ਇੱਕ ਅਜ਼ਮਾਇਆ ਹੋਇਆ ਨੁਕਤਾ ਹੈ ਜਿਨ੍ਹਾਂ ਨੇ ਕਿਸਾਨ ਵੀਰਾਂ ਨੇ ਮੈਗਨੀ ਜ਼ਿੰਕ ਯੂਰੀਆ ਕਲੀ ਦਾ ਪਾਣੀ ਜਿਹੜੀ ਸਪਰੇਅ ਕੀਤੀ ਹੈ ਫਾਰਮੂਲਾ ਮੈਂ ਦੱਸਿਆ 2-3 ਸਾਲ ਤੋਂ ਜਿਹੜੇ ਕਿਸਾਨ ਵੀਰ ਕਰ ਰਹੇ ਜਿਨ੍ਹਾਂ ਨੇ ਇਸ ਵਾਰ ਵੀ ਕੀਤੀ ਹੈ ਉਨ੍ਹਾਂ ਦੇ ਦਾਣਾ ਪਿਛਕਣ ਦੀ ਸਮੱਸਿਆ ਘਟਾਈ ਹੋ ਕਿਉਂਕਿ ਜਿਹੜੇ ਤੱਤ ਆਪਾਂ ਉੱਪਰੋਂ ਦੇਤੇ ਜਿਵੇਂ ਜਿਵੇਂ ਮੀਂਹ ਪੈਂਦਾ ਤਾਂ ਉਹਦੇ ਵਿੱਚ ਕਈ ਵਾਰ ਜਦੋਂ ਖੇਤਾਂ ਦੇ ਵਿੱਚ ਪਾਣੀ ਖੜ ਜਾਂਦਾ ਅਪਟੇਕ ਨਹੀਂ ਤੱਤਾਂ ਦੀ ਹੋ ਪੈਂਦੀ ਘਾਟ ਆ ਜਾਂਦੀ ਹੈ ਤੇ ਜਿਹੜੀ ਆਪਾਂ ਪ੍ਰੋ ਸਪਰੇਅ ਕਰਦੇ ਆ ਉਹਦੇ ਨਾਲ ਜਿਹੜੇ ਤੱਤ ਪੂਰੇ ਰਹਿੰਦੇ ਆ ਫਸਲ ਦੀ ਗ੍ਰੋਥ ਨਾਲ ਦੀ ਨਾਲ ਹੁੰਦੀ ਰਹਿੰਦੀ ਆ ਤੇ ਮਗਰੋਂ ਆ ਕੇ ਗੋਭ ਦੇ ਸਮੇਂ ਜਿਹੜਾ ਐਨ ਪੀ ਕੇ 13 0 45 ਪਲੱਸ ਜਿਹੜੀ ਆਪਾਂ ਨੂੰ ਜਰੂਰਤ ਅਨਸਾਰ ਉਲੀਨਾਸ਼ਕ ਉਹਦੀ ਸਪਰੇਅ ਕੀਤੀ ਉੱਥੇ ਵੀ ਬਹੁਤ ਵਧੀਆ ਫਰਕ ਰਿਹਾ ਜੇ ਆਪਾਂ ਸਪਰੇਅ 5-7 ਦਿਨ ਵੀ ਅੱਗੇ ਪਿੱਛੇ ਕਰ ਦਿੰਨੇ ਆ ਤਾਂ ਉੱਥੇ ਆਪਾਂ ਨੂੰ ਪੂਰਾ ਇਫੈਕਟ ਨਹੀਂ ਮਿਲਦਾਗਾ ਇਹ ਵੀ ਹੈਗਾ ਜਿੱਥੇ ਤਤਾਂ ਵਾਲੀ ਸਪਰੇਅ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਕੀਤੀ ਥੱਲੇ ਕਮੈਂਟ ਕਰਕੇ ਵੀ ਤੁਸੀਂ ਦੱਸ ਸਕਦੇ ਹੋ ਜ਼ਿੰਕ ਮੈਗਨੀਜ਼ ਕਲੀ ਦਾ ਪਾਣੀ ਜ਼ਰੂਰੀਆ ਕੋਈ ਕਿਸਾਨ ਵੀਰਾ ਗਰੋਥ ਰੈਗੂਲੇਟਰ ਜਾਂ ਹੋਰ ਜਿਹੜੇ ਚੂੜਨ ਮਸਾਲੇ ਜਿਹੜੇ ਪਾਉਂਦੇ ਰਹਿੰਦੇ ਕਣਕ ਦੀ ਫਸਲ ਦੇ ਵਿੱਚ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਉਹ ਫਲਾਉਟ ਵਧਾਉਣ ਦੇ ਕਣਕ ਹਰੀ ਭਰੀ ਜ਼ਰੂਰ ਕਰ ਦਿੰਦੇ ਪਰ ਉਹ ਕਾਰਟ ਫੇਰ ਆ ਗਿਆ ਜਿਹੜਾ ਲਾਸਟ ਤੇ ਪਾਣੀ ਦੀ ਜੜੀ ਹੈਗੀ ਆ ਪਾਣੀ ਆਪਣਾ ਲਾਉਣ ਦਾ ਸਹੀ ਟਾਈਮ ਜਿਹੜੇ ਕਿਸਾਨ ਵੀਰ ਤਾਂ ਹੌਸਲਾ ਕਰਕੇ ਜਦੋਂ ਦੁੱਧਾ ਸੀਗਾ ਹਰੀ ਸੀਗੀ ਕਣਕ ਦਾ ਦਾਣਾ ਹਰਾ ਸੀ ਦੁੱਧਾ ਭਰਿਆ ਸੀ ਉਦੋਂ ਜਿਹੜਾ ਲਾਸਟ ਪਾਣੀ ਜਿਨ੍ਹਾਂ ਨੇ ਲਾਇਆ ਕਿਉਂਕਿ ਕਈ ਕਿਸਾਨ ਵੀਰ ਫਰਵਰੀ ਦੇ ਵਿੱਚ ਹੀ ਲਾਸਟ ਪਾਣੀ ਲਾ ਦਿੰਦੇ ਆ ਕਿਉਂਕਿ ਪਿਛਲੇ ਸਾਲਾਂ ਦੇ ਹਿਸਾਬ ਨਾਲ ਚੱਲਦੇ ਕਿ ਅਸੀਂ ਪਾਣੀ ਜਿਹੜਾ ਹੈਗਾ ਪਿੱਛੇ ਅੱਗੇ ਫਰਵਰੀ 'ਚ ਖਤਮ ਕਰ ਦਿੰਨੇ ਆ ਤਾਂ ਉਹਦਾ ਜਿਹੜਾ ਹੈਗਾ ਲੇਟ ਲਾਉਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਪਰ ਇਸ ਵਾਰ ਤਾਪਮਾਨ ਜ਼ਿਆਦਾ ਸੀ ਜਿਹੜੇ ਕਿਸਾਨ ਵੀਰ ਹੌਸਲਾ ਕਰਕੇ ਦੁੱਧ ਦੇ ਸਮੇਂ ਹਰਾ ਸੀ ਦਾਣਾ ਤਾਂ ਮਾਰਚ 2022 ਨੂੰ ਜਿਹੜੇ ਕਿਸਾਨ ਵੀਰ ਪਾਣੀ ਲਾ ਗਏ ਤਾਂ ਉਹਨਾਂ ਦਾ ਜਿਹੜਾ ਹੈਗਾ ਕਾਫੀ ਫਾਇਦਾ ਇਹਦੇ ਵਿੱਚ ਹੋਇਆ ਫਾਇਦਾ ਹੋਇਆ ਪਰ ਜਿਹੜਾ ਹੈਗਾ ਜਦੋਂ ਦਾਣਾ ਥੋੜਾ ਸਖਤ ਹੋ ਗਿਆ ਜੇ ਆਪਾਂ ਕਈ ਵਾਰ ਦੇਖਾ ਦੇਖੀ ਹੈ ਆਪਣਾ ਜਿਹੜਾ ਪਾਣੀ ਰਹਿ ਗਿਆ ਦੂਜੇ ਕਿਸਾਨ ਵੀ ਲਾ ਰਹੇ ਜੇ ਆਪਾਂ ਲੇਟ ਲਾਇਆ ਪਾਣੀ ਤਾਂ ਉਹਦਾ ਵੀ ਨੁਕਸਾਨ ਹੋ ਸਕਦਾ ਉਹਦੇ ਨਾਲ ਜਿਹੜੀ ਸਿੱਟੇ ਸੁੱਕਣ ਦੀ ਸਮੱਸਿਆ ਆ ਜਾਂਦੀ ਕਿਉਂਕਿ ਮਗਰੋਂ ਆ ਕੇ ਜਿਹੜੀਆਂ ਬੂਟੀਆਂ ਦੀਆਂ ਜੜਾਂ ਡੀਐਨਏ ਜਨਰੇਟ ਹੋਣ ਲੱਗ ਪੈਂਦੀਆਂ ਨੇ ਲੇਟ ਲਾਇਏ ਦਾ ਵੀ ਪਾਣੀ ਦਾ ਨੁਕਸਾਨ ਤੇ ਜਲਦੀ ਖਤਮ ਕੀਤੇ ਦਾ ਵੀ ਨੁਕਸਾਨ ਸੋ ਇਹ 2-4 ਨੁਕਤੇ ਆ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ